ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਅਸੀਂ ਖੁਸ਼ੀਆਂ ਲੈਣਾ ਚਾਹੁੰਦੇ ਹਾਂ, ਲੈਣਾ ਚਾਹੁੰਦੇ ਹਾਂ ਖੁਸ਼ੀਆਂ। ਇੱਕ ਪ੍ਰੋਮਿਸ ਕਰੋ, ਗੁਰਦੁਆਰੇ ਵਿੱਚ ਸੈਲਫੀ ਜਾਂ ਛੋਟੇ ਛੋਟੇ ਕਲਿੱਪਾਂ ਨਹੀਂ ਬਣਾਓਗੇ। ਸਾਡੀ ਸੁਰਤ ਕਿੱਥੇ ਹੈ? ਅਸੀਂ ਪਹਿਲੇ ਸਟੇਟਸ ਪਾ ਲਈਏ, ਕਿਹਨੂੰ ਵਿਖਾਏਗਾ ਸਟੇਟਸ? ਉਹ ਸਟੇਟਸ ਤੇ ਇਹਨੇ ਬਣਾਉਣਾ ਹੀ, ਜਿਹਨੇ ਸਟੇਟਸ ਬਣਾਉਣਾ ਅੱਖਾਂ ਬੰਦ ਕਰਕੇ ਚਾਰ ਘੜੀਆਂ ਵਾਹਿਗੁਰੂ ਕਹਿ ਲੈ, ਚਾਰ ਘੜੀਆਂ ਵਾਹਿਗੁਰੂ ਕਹਿ ਲੈ। ਜੇ ਵਾਕਈ ਚ ਸਟੇਟਸ ਪਾ, ਗੁਰਦੁਆਰੇ ਆਇਆ ਸੁਰਤ ਨੂੰ ਧਿਆਨ ਵਿੱਚ ਰੱਖਣ ਵਾਸਤੇ ਕਿਹੜਾ ਸਟੇਟਸ ਤੈਨੂੰ ਚਾਹੀਦਾ? ਸਾਰੇ ਸਟੇਟਸ ਗੁਰੂ ਤੇਗ ਬਹਾਦਰ ਸਾਹਿਬ ਨੇ ਬਣਾਉਣੇ ਨੀ। ਜੇ ਉਹਨੇ ਸਟੇਟਸ ਡਾਊਨ ਕਰ ਦਿੱਤਾ ਨਾ, ਕਿਤੇ ਨੀ ਬਣਨਾ ਸਟੇਟਸ। ਉਹ ਇੰਨਾ ਮੀਡੀਆ ਰੱਖ ਕੇ ਹਰ ਹਰ ਚੈਨਲ ਤੇ ਲਾਈਵ ਆ ਰਿਹਾ, ਉਸ ਤੋਂ ਬਾਅਦ ਆਪਾਂ ਠੀਪਾ ਜਿਹਾ ਕੱਢ ਕੇ ਉਹਨੂੰ ਏਦਾਂ ਧਰ ਦਿੰਦੇ ਹਾਂ, ਕੀ ਲੱਭਦੇ ਆ ਵਿੱਚੋਂ, ਕੀ ਲੱਭਦੇ ਆ ਇਹਦੇ ਚੋਂ? ਉਹ ਇੱਥੋਂ ਚਲਾਣਾ, ਇੱਥੇ ਕੈਮਰਾ ਚੱਲੇਗਾ, ਇੱਥੇ ਵੀਡੀਓ ਬਣੇਗੀ। ਜਦੋਂ ਤੂੰ ਤੇਰੀ ਮੌਤ ਸਾਹਮਣੇ ਹੋਏਗੀ, ਉਦੋਂ ਤੇਰੀ ਵੀਡੀਓ ਚੱਲੇਗੀ ਸ਼ਬਦ ਦੀ, ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੇ, ਉਹ ਵੀਡੀਓ ਬਣਾ ਲੈ ਜਰਾ। ਜਦੋਂ ਮੌਤ ਤੇਰੇ ਸਾਹਮਣੇ ਆਵੇ ਤੇ ਤੂੰ ਕਹੇ ਪੰਜ ਪਿਆਰੇ ਭੇਜੋ, ਇਹ ਕਿਹਨੂੰ ਲੈ ਕੇ ਆ ਗਏ? ਜਮਦੂਤ ਦਾ ਤੇ ਕੰਮ ਹੀ ਕੋਈ ਨੀ ਮੇਰੇ ਕੋਲ, ਮੈਂ ਤੇ ਅੰਮ੍ਰਿਤਧਾਰੀ ਸਿੰਘ ਹਾਂ।